ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪੰਜਾਬ ਭਰ 'ਚ ਵਿਜੀਲੈਂਸ ਅਵੇਅਰਨੈਸ ਕੈਂਪੇਨ ਚਲਾਈ ਜਾ ਰਹੀ ਹੈ, ਜਿਸ ਤਹਿਤ ਪਟਿਆਲਾ ਵਿਖੇ ਰਨ ਫਾਰ ਵਿਜੀਲੈਂਸ ਅਵੇਅਰਨੈਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੈਂਕ ਦੇ ਜ਼ੋਨਲ ਮੈਨੇਜਰ BPS ਕੰਵਲ ਅਤੇ ਹੋਰ ਪਤਵੰਤੇ ਮੌਜੂਦ ਰਹੇ। ਇਸ ਦੌਰਾਨ DIG ਸੁਖਚੈਨ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਤਕਰੀਬਨ 4 ਕਿਲੋਮੀਟਰ ਲੰਮੇ ਇਸ ਦੌੜ 'ਚ ਕਾਫੀ ਲੋਕਾਂ ਨੇ ਸ਼ਮੂਲੀਅਤ ਕੀਤੀ। ਬੈਂਕ ਸਾਰੇ ਦੇਸ਼ ਵਿੱਚ 30 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਵਿਜੀਲੈਂਸ ਅਵੇਅਰਨੈਸ ਵੀਕ ਮਨਾ ਰਿਹਾ ਹੈ। ਉਸੇ ਦੀ ਲੜੀ ਦੇ ਵਿੱਚ ਅੱਜ 4 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਅੱਜ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪਟਿਆਲੇ ਦੇ ਵਿੱਚ ਵਿਜੀਲੈਂਸ ਅਵੇਅਰਨੈਸ ਰਨ ਦਾ ਬੰਦੋਬਸਤ ਕੀਤਾ ਗਿਆ ਹੈ। ਸ਼ਹਿਰ ਦੇ ਵੱਖ ਵੱਖ ਭਾਗਾਂ ਤੋਂ ਅਲੱਗ ਅਲੱਗ ਸੁਸਾਇਟੀ ਦੇ ਲੋਕਾਂ ਵੱਲੋਂ ਅੱਜ ਇਸ ਰਨ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਇਸ ਰਨ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨਾ ਚਾਹੁੰਦੇ ਹਾਂ ਕਿ ਲੋਕ ਵਿਜੀਲੈਂਸ ਅਗੇਂਸਟ ਜਾਗਰੂਕ ਹੋਣ ਅਤੇ ਕਰਪਸ਼ਨ ਦਾ ਬੀਜ ਜੋ ਕਿ ਆਪਣੇ ਦੇਸ਼ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਰਿਹਾ ਹੈ, ਉਹਦੇ ਉੱਤੇ ਕੰਟਰੋਲ ਪਾਇਆ ਜਾ ਸਕੇ। ਵਿਜੀਲੈਂਸ ਅਵੇਅਰਨੈਸ ਵੀਕ ਜਿਹੜਾ ਵਾ ਉਹਦੀ ਲੜੀ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇੱਕ ਵਾਕ ਪਲੱਸ ਮੈਰਾਥਨ ਅਰੇਂਜ ਕੀਤੀ ਜਾ ਰਹੀ ਹੈ। ਸੋ ਮੇਰਾ ਲੱਗਦਾ ਬੜਾ ਵਧੀਆ ਇਹਨਾਂ ਦਾ ਉਪਰਾਲਾ ਵਾ, ਕਿਉਂਕਿ ਅਵੇਅਰਨੈਸ ਕਰਨ ਵਾਸਤੇ ਬੜੇ ਅਲੱਗ ਅਲੱਗ ਤਰ੍ਹਾਂ ਦੇ ਤਰੀਕੇ, ਆਪਾਂ ਸਾਈਕਲਿੰਗ ਕਰਦੇ ਹਾਂ, ਮੈਰਾਥਨ ਕਰਦੇ ਹਾਂ, ਵਾਕ ਕਰਦੇ ਹਾਂ, ਹੋਰ ਵੀ ਕਈ ਤਰੀਕੇ ਬਣਾਉਂਦੇ ਹਾਂ, ਸੈਮੀਨਾਰ ਲਗਾਉਂਦੇ ਹਾਂ, ਕਈ ਕੁਛ ਕਰਦੇ ਹਾਂ। ਸੋ ਉਸੇ ਦੀ ਲੜੀ ਦੇ ਵਿੱਚ ਅੱਜ ਇਹ, ਕਿਉਂਕਿ ਇਹਦੇ 2 ਫਾਇਦੇ ਆ, ਇੱਕ ਤਾਂ ਫਿਜ਼ੀਕਲ ਫਿਟਨੈਸ ਹੋਏਗੀ ਸਾਰਿਆਂ ਦੀ, ਪਲੱਸ ਨਾਲ ਨਾਲ ਅਵੇਅਰਨੈਸ ਵਾਸਤੇ ਆਪ ਚੱਲ ਕੇ ਜਾਣਾ ਔਰ ਆਪ ਚੱਲ ਕੇ ਲੋਕਾਂ ਨੂੰ ਅਵੇਅਰ ਕਰਨਾ, ਇਸ ਤੋਂ ਵਧੀਆ ਕੋਈ ਤਰੀਕਾ।